ਪੂਰੇ ਜੱਗ ਵਿੱਚ ਵਸੇ ਹੋਏ ਪੰਜਾਬੀ ਪਿਆਰਿਓ ਇਸ਼ਾਨ ਬਾਜਵਾ ਇੱਕ ਨਵੇਂ ਜੱਟ ਕਬੀਲੇ ਦਾ ਵੇਰਵਾ ਲੈ ਕੇ ਆਵਾਲ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਅੱਜ ਅਸੀਂ ਤੁਹਾਡੇ ਨਾਲ ਅਬੜਾ ਜੱਟ ਕਬੀਲੇ ਦੀ ਗੱਲ ਕਰ ਰਹੇ ਹਾਂ ਜਿਹਨੂੰ ਸਿੰਧੀ ਵਿੱਚ ਅਬੜੋ ਆਖਦੇ ਆ ਅਬੜਾ ਜੱਟ ਕਬੀਲਾ ਹਜ਼ਾਰਾਂ ਸਾਲ ਪੁਰਾਣਾ ਕਬੀਲਾ ਜਿਹਦੀ ਨਸਲਾਂ ਜੱਟਾਂ ਦੀਆਂ ਆਗੂ ਕਈ ਸ਼ਾਖਾਾਂ ਨੇ ਸਿੰਧੀ ਵਿੱਚ ਇਸ ਕਬੀਲੇ ਨੂੰ ਅਬੜਾ ਆਖਦੇ ਨੇ ਅਬੜਾ ਨੂੰ ਅਭੀਰ ਵੀ ਆਖਦੇ ਨੇ ਅਬੜਾ ਪਛਨੀ ਜਾਂ ਪੁਨਸ਼ੀਦਾ ਪੁੱਤਰ ਸੋਤਰਕ ਦਾ ਦਾ ਪੁੱਤਰ ਸੀ ਤੇ ਸੋਤਰਕ ਦਾ ਪੋਤਰਾ ਹੈ ਸੋਤਰਕ ਜਿਹਦਾ ਸ਼ਸਤਰਿਕ ਵੀ ਨਾਂ ਸੀ ਸਰਕਬ ਵੀ ਨਾਂ ਸੀ ਜਿਹੜਾ عظیم ਜੱਟ ਪੁੱਤਰ ਸੀ ਜਿਨੇ 8000 ਸਾਲ ਪਹਿਲਾਂ ਜੱਟਾਂ ਦੀ ਯੂਨੀਵਰਸਿਟੀ ਟੈਕਸਲਾ ਦੇ ਨੇੜੇ ਬਣਾਈ ਸੀ ਤੇ ਇਹ ਸਰੋਇਆ ਦਾ ਭਰਾ ਸੀ ਇਹ ਜਿਹੜਾ ਅਬੜਾ ਸਰੋਇਆ ਦਾ ਭਰਾ ਹੈ ਇਹਦੀ ਮਾਂ ਦਾ ਨਾਂ ਸੁੰਬਲ ਸੀ ਅਬੜਾ ਜੱਟ ਬਾਰੇ ਪੂਰਾ ਵੇਰਵਾ ਅਸੀਂ ਇਸ ਕਬੀਲੇ ਦਾ ਕੁਰਸੀ ਨਾਵਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ ਕਰਾਂਗੇ ਹੁਣ ਅਸੀਂ ਵੇਖਦੇ ਹਾਂ ਭਈ ਅਬੜਾ ਜੱਟ ਕਬੀਲੇ ਬਾਰੇ ਵੱਖ-ਵੱਖ ਤਾਰੀਖੀ ਤਜ਼ਕਿਰਿਆਂ ਵਿੱਚ ਕੀ ਕੀ ਜਾਣਕਾਰੀ ਤੇ ਕਿੱਥੇ-ਕਿੱਥੇ ਜਾਣਕਾਰੀ ਸਾਨੂੰ ਮਿਲਦੀ ਹੈ ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਈਡੀ ਮੈਕਲੇਗਨ ਤੇ ਐਚੀ ਰੂਜ਼ ਨੇ ਅਬੜਾ ਜੱਟ ਕਬੀਲੇ ਬਾਰੇ ਇੰਜ ਜਾਣਕਾਰੀ ਸਾਂਝੀ ਸਾਡੇ ਨਾਲ ਕੀਤੀ ਹੈ ਕਿਸੰਧ ਤੇ ਰਿਆਸਤ ਬਹਾਵਲਪੁਰ ਵਿੱਚ ਮਿਲਣ ਵਾਲਾ ਜੱਟਾਂ ਦਾ ਇੱਕ ਅਤਿ ਪ੍ਰਾਣਾ ਕਬੀਲਾ ਇਹ ਖਿਆਲ ਕੀਤਾ ਜਾਂਦਾ ਹੈ ਕਿ ਦੱਖਣੀ ਲੈਂਦੇ ਪੰਜਾਬ ਅਤੇ ਸਿੰਧ ਵਿੱਚ ਵਾਈ ਜੋਤੀ ਦਾ ਕੰਮ ਅਬੜਾ ਜੱਟ ਕੌਮ ਨੇ ਸਭ ਤੋਂ ਪਹਿਲਾਂ ਕੀਤਾ ਸੀ। ਯਾਨੀ ਇੱਕ ਗਲੈਸਰੀ ਆਫ ਟ੍ਰਾਈਬਜ਼ ਆਲਿਆਂ ਨੇ ਵੇਰਵਾ ਦਿੱਤਾ ਹੈ ਕਿ ਵਾਈ ਜੋਤੀ ਦਾ ਕੰਮ ਸਭ ਤੋਂ ਪਹਿਲਾਂ ਅਬੜਾ ਜੱਟ ਨੇ ਇਹਨਾਂ ਨੇ ਕੀਤਾ ਸੀ। ਇਸ ਕਬੀਲੇ ਨੂੰ ਸਮਾ ਜੱਟ ਕਬੀਲੇ ਦੀ ਇੱਕ ਸ਼ਾਖਾ ਕਿਹਾ ਜਾਂਦਾ ਹੈ ਅਤੇ ਬਹਾਵਲਪੁਰ ਵਿੱਚ ਅਬੜਾ ਜੱਟ ਕਬੀਲੇ ਦੀ ਆਬਾਦੀ ਕਿਉਂ ਕੀ ਸਾਰੀ ਹੈ ਅਬੜਾ ਜੱਟ ਕਬੀਲੇ ਦੇ ਬਾਰੇ ਯਾਰਸ ਦਾ ਐਂਸ਼ੀਅੰਟ ਰੂਲਰズ ਵਿੱਚ ਬੀਐਸ ਦਾਇਆ ਨੇ ਇਹ ਜਾਣਕਾਰੀ ਮੈਨੂੰ ਸਾਂਝੀ ਕੀਤੀ ਹੈ ਕਿ ਸਮੇਰ ਅਤੇ ਬਾਬਲ ਦੀਆਂ ਹੱਦਾਂ ਅੰਦਰ ਅਬਰੀਨਮ ਅਤੇ ਉਹਦੇ ਨਾਂ ਨਾਲ ਗੋਤਮ ਗੋਤਮ ਨਾਂ ਦੇ ਦੋ ਇਲਾਕਿਆਂ ਬਾਰੇ ਜਾਣਕਾਰੀ ਮਿਲਦੀ ਹੈ ਅਬਰੀਆ ਔਰ ਸਦਾਨ ਵਾਲੇ ਜਿਹੜੇ ਨੇ ਬਚਕਾਰ ਲਈ ਏਸ਼ੀਆ 'ਚ ਪਾਏ ਜਾਂਦੇ ਨੇ ਦੱਖਣੀ ਏਸ਼ੀਆ ਵਿੱਚ ਇਹਨਾਂ ਦੇ ਇਲਾਕੇ ਦਾ ਨਾਂ ਅਬੇਰੀਆ ਸੀ ਮੁਲਤਾਨ ਦੇ ਅਬੜਾ ਜੱਟ ਅੱਜਕੱਲ ਮusਲਮਾਨ ਨੇ ਇਹ ਗੱਲ ਵੀ ਐਸਦਾ ਹੀ ਆਨੇ ਇਹਦੇ ਵਿੱਚ ਲਿਖੀਏ ਆਪਣੀ ਜਾਣਕਾਰੀ ਵਿੱਚ ਉਹਨਾਂ ਸੀ ਉਹ ਜਾਣਕਾਰੀ ਪਾਣ ਦਾ ਸਾਂਝੀ ਕਰਨਿਆ ਜੋ ਡਾਕਟਰ ਆਰੀਆ ਡਾਕਟਰ ਲਾਲ ਬਖਸ਼ ਨਾਇਚ ਉਹਨਾਂ ਸਾਡੇ ਨਾਲ ਮੀਨਪੁਰ ਮਥੇਲਾ ਤੋਂ ਸਾਂਝੀ ਕੀਤੀ ਉਹਨਾਂ ਦੱਸਿਆ ਵੀ ਪੂਰੇ ਸਿੰਧ بلوچستان ਤੇ ਦੱਖਣੀ ਪੰਜਾਬ ਵਿੱਚ ਅਬੜਾ ਜੱਟਾਂ ਦੀ ਢੇਰ ਗਿਣਤੀ ਵਸਦੀ ਏ ਤੇ ਇਸ ਕਬੀਲੇ ਦੀਆਂ ਚੋਖੀਆਂ ਸਾਰੀਆਂ ਸ਼ਾਖਾਂ ਤੋਂ ਅਗੋਂ ਜੱਟਾਂ ਦੇ ਢੇਰ ਕਬੀਲੇ ਬਣੇ ਹੋਏ ਨੇ ਅਤੇ ਇਸ ਕਬੀਲੇ ਵਿੱਚ ਢੇਰ ਨਾਮੀ ਗ੍ਰਾਮੀ ਲੋਕ ਹੋਏ ਨੇ ਇਸ ਕਬੀਲੇ ਦੇ ਲੋਕ ਪਾਕਿਸਤਾਨ ਦੇ ਨਾਲ-ਨਾਲ ਈਰਾਨ ਅਫਗਾਨਿਸਤਾਨ ਤੇ ਭਾਰਤ ਵਿੱਚ ਵੀ ਢੇਰ ਗਿਣਤੀ ਵਿੱਚ ਵਸਦੇ ਨੇ ਇਸ ਕਬੀਲੇ ਚੋ ਆਫਤਾ ਬਬੜਾ ਸੈਕਟ ਇਨਫੋਰਮੇਸ਼ਨ ਰਿਟਾਇਰ ਹੋਏ ਨੇ ਇਸ ਤੋਂ ਅੱਡ ਇਹ ਸ਼ਾਹ ਢਬੜਾ ਵੱਡੇ ਖੋਜਕਾਰ ਤੇ ਲਿਖਾਰੀ ਨੇ ਉਹਨਾਂ ਨੇ ਕਈ ਕਿਤਾਬਾਂ ਨੇ ਬਦਰ ਅਬੜਾ ਨੇ ਤਾਰੀਖੇ ਅਬੜਾ ਲਿਖ ਕੇ ਬੜੀ ਨਾਮਨਾਖੱਟੀ ਹੈ ਤੇ ਅਬੜੋ ਅਬੜੋ ਵੱਡ-ਵੱਡੋ ਮੈਦੀ ਸ਼ਾਹ ਹੁਣੇ ਕਿਤਾਬ ਲਿਖੀ ਤੋਂ ਨਾਏ ਕਿਤਾਬ ਜ਼ulfiqar kumariya ਦੇ ਆਖਨ ਤੇ ਲਿਖੀ ਤੇ ਅਬੜਾ ਦੀ ਨਸਲੋਂ ਮਹੋਟਾ ਕਬੀਲਾ ਨੂੰ ਅਬੜਾ ਹੀ ਦੱਸਿਆ ਹਾਲਾਂ ਕਈ ਦਰਬਾਰੀ ਲਖਾਰੀਆਂ ਨੇ ਅਬੜਾ ਦੀ ਨਸਲੋਂ ਹੋਣ ਵਾਲੇ ਨਾਮੀ ਕਬੀਲਾ ਮਹੋਟਾ ਜੱਟ ਕਬੀਲਾ ਨੂੰ ਪੱਟੀ ਬਣਾ ਦਿੱਤਾ ਜੋ ਅਸਲੋਂ ਗਲਤ ਹੈ ਇਸ ਕਬੀਲੇ ਵਿੱਚ ਗਾਦ ਕਬੀਲਾ ਵੀ ਹੈ ਪਰ ਗਾਦ ਨਾਂ ਦਾ ਬੰਦਾ ਸੂਦਰਕਸ ਦੀ ਨਸਲੋਂ ਗਾਦੜੀ ਜੱਟ ਕਬੀਲਾ ਵੀ ਏ ਜੋ ਇਸ ਗਾਦ ਕਬੀਲੇ ਤੋਂ ਵੱਖ ਏ ਅਬੜਾ ਜੱਟ ਕਬੀਲਾ ਹਿੰਦੂ ਸਿੱਖ ਅਤੇ ਮੁਸਲਮਾਨ ਮਦਮਾ ਵਿੱਚ ਮਿਲਦਾ ਇਸ ਕਬੀਲੇ ਦੀ ਸ਼ਾਖ ਮੰਗੀ ਵਿੱਚ ਅਲੀ ਖਾਨ ਅਬੜਾ ਹੋਰਾ ਤਫਸੀਰ-ਏ-ਕੁਰਾਨ ਪਾਕ ਲਿਖੀ ਹੁਣ ਅਸੀਂ ਅਬੜਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਤੁਹਾਡੇ ਨਾਲ ਸਾਂਝਾ ਕਰਨੇ ਆ ਜੋ ਮੀਰਪੁਰ ਮਥੇਲਾ ਸਿੰਧ ਤੋਂ ਸਾਡੇ ਆ ਸੱਜਣ ਆਰੀਏ ਡਾਕਟਰ ਲਾਲਬਖਤ ਚਨਾਇਤ ਮੱਲੀ ਜੱਟ ਨੇ ਸਾਡੇ ਨਾਲ ਸੰਝਾ ਕੀਤਾ ਉਹ ਸ਼ਿਜਰੇ ਮੁਤਾਬਕ حضرت ਆਦਮ علیہ السلام ਤੋਂ ਚੋਖਾ ਗੇਰੇ ਜਾ ਕੇ حضرت ਨੂਹ علیہ السلام ਦਾ ਨਾਂ ਹੁੰਦਾ ਅੱਗੋਂ حضرت ਨੂਹ علیہ السلام ਹੋਰਾਂ ਦੇ ਪੁੱਤਰ ਹੋਏ ਸਾਮ ਹਾਮ ਤੇ ਯਾਫਸ ਕਨਾਨ ਯਰਨ ਹਰ ਹਰ ਤੇ ਅਜਮ ਕਨਾਨ ਤੋਂ ਲੈ ਕੇ ਅਜਮ ਤੀਕਰੇ ਜਿਹੜੇ ਚਾਰੇ ਭਰਾ ਸਨ ਇਹ ਮਾਂ ਵਾਇਲਾ ਵਿੱਚੋਂ ਸਨ ਔਰ ਇਹ ਚਾਰੇ ਭਰਾ ਜਿਹੜੇ ਨੇ حضرت ਨੂਹ علیہ السلام ਦੇ ਨਾ ਖਲਫ ਸਨ ਗੁਸਤਾਖ ਸਨ ਇਸ ਲਈ ਇੰਨੇ حضرت ਨੂਹ علیہ السلام ਦੀ ਆਖੀ ਨਾ ਮੰਨੀ ਤੇ ਤੂਫਾਨੇ ਨੂਹ ਦੇ ਵਿੱਚ ਇਹ ਜਿਹੜੇ ਪੰਜੇ ਸਨਾਂ ਯਾਨੀ ਚਾਰ ਪੁੱਤਰ ਤੇ ਇੱਕ ਮਾਂ ਇਹ ਡੁੱਬ ਕੇ ਮਰ ਗਏ ਅੱਗੋਂ ਸ਼ਾਮ ਜਿਹੜਾ ਸੀ ਉਹਦੀ نسل ਸਾਮੀ ਸਦਾਈ ਤੇ ਹੋਸ਼ੀਆ ਵਿੱਚ ਵਸ ਗਈ ਹਾਮ ਦੀ نسل ਜਿਹੜੀ ਹੈ ਅਫਰੀਕਾ ਦੇ ਵਿੱਚ ਜਾ ਵਸੀ ਜਦੋਂ ਕਿ ਯਾਫਸ ਜਿਹੜਾ ਹੈ ਉਹਦੀ ਔਲਾਦ ਤੁਰਕੀ ਚੀਨ ਤੇ ਯੂਰਪ ਦੇ ਵਿੱਚ ਵਸ ਗਈ ਅੱਗੋਂ حضرت ਸ਼ਾਮ ਦੀ ਔਲਾਦ ਵਿੱਚ ਪੁੱਤਰ ਹੋਏ ਜੀ ਅਰਫਗਾ ਸਿੰਦ ਗਿਆਨੀ ਸੇਂਦ ਦੇ ਦੁਜਾ ਨਾ ਦੁਜਾ ਹੋਇਆ ਈਸ਼ਵਰ ਜੀ ਦਾ ਦੁਜਾ ਨਾਂ ਹਿੰਦੀ ਸੀ ਆਰਾਮ ਜਿਨੇ ਅਜਿਹੇ ਨਾਂ ਤੋਂ ਆਰਮੀਨੀਆ ਅਸ਼ਵਰ ਜੀ ਦੇ ਨਾਂ ਤੋਂ ਫਾਰਸ ਲੋਦ ਜੀ ਦੇ ਨਾਂ ਤੋਂ ਰੋਮ ਦਾ ਇਲਾਕਾ ਬਲਕਾਨ ਤੇ ਸਮਾਨ ਕਨਾਨ ਲਾਵਰ ਅੱਗੋਂ ਫਿਰ ਅਰਬ ਖਾਂ ਸਿੰਘ ਦੇ ਪੁੱਤਰ ਹੋਏ ਜੀ ਸਖਰ ਭਖਰ ਠੱਟਾ ਹੋਲ ਹਰਮੇਸ਼ ਅਮਰ ਡਾਗਰ ਡਾਗਰ ਜਿਹੜਾ ਹੈ ਗੈਰ ਆਰੀਏ ਨਸਲ ਸੀ ਜਲੂਦਰ ਜਾਸ਼ਰ لوزر سمود قوم جی نکلی گجرات گارا ہڑپا ٹیکسلا ہنڈ آسام تامل تاملی مولا مولہ نا تو ملتان یشے پورا بھی پیا نیزورا مکران ماکان جہاں دو نام سی کرمان ہنوادر جا دو نام گوادر سی کی کان کلات خزدار سیس جیدے تو سیستان پیا ਤੇ ਸਰਵਾਈ ਤੇ ਈਰਮ ਈਰਮ ਜਿਹੜਾ ਉਹਦਾ ਪੁੱਤਰ ਹੋਇਆ ਊਜ਼ ਤੇ ਊਜ਼ ਦਾ ਫੇਰ ਈਰਮ ਹੋਇਆ ਤੇ ਈਰਮ ਦਾ ਹੋਇਆ ਆਦ ਆਦ ਦਾ ਪੁੱਤਰ ਹੋਇਆ ਜਲੂਦ ਵੀ ਸਹਰੀਬ ਜਦੀ ਨਸਲੋਂ ਨਮਰੂਦ ਬਾਦਸ਼ਾਹ ਹੋਇਆ ਤੇ ਅਗਲਾ ਪੁੱਤਰ ਸੀ ਪੱਤਣ ਅਗਲਾ ਕਾਹੋ ਜੁਕਰ ਡੀਜੀ ਅਰੋੜ ਦੁਹਾਗਾ ਰੋੜਕਾ ਟੈਕਸਲਾ ਗਾਰਾ ਟਾਕਾ ਸ਼ਦਾਦ ਸ਼ਦੀਦ ਬਾਲਾ ਮਹਿਰ ਜਿਹਦੇ ਨਾਂ ਤੋਂ ਮੇਰਗੜ ਦੇ ਸੋਹਾਗਾ ਅਗੋਂ ਜਲੂਤ ਦਾ ਪੁੱਤਰ ਹੋਇਆ ਪਾ ਤੇ ਪਾ ਦਾ ਹੋਇਆ ਵਿਸ਼ਨੂੰ ਵੇਸ ਤੇ ਵਿਸ਼ਨੂੰ ਵੇਸਦੇ ਹੋਏ ਨੇ حضرت ਖੂਦ ਲੈ ਇਸਲਾਮ ਜਿਹੜੇ ਰਸੂਲ ਵੀ ਸਨ ਇਹਨਾਂ ਦਾ ਹਿੰਦੀ ਵਿੱਚ ਦੂਜਾ ਨਾਂ ਸੀ ਗੋਰਖ ਉਹਨਾਂ ਦਾ ਪੁੱਤਰ ਹੋਇਆ ਅਰੜ ਤੇ ਅਰੜ ਜਿਹੜਾ ਸੀ ਉਹਦੇ ਨਾਂ ਦਾ ਦਾਦੂ ਦੇ ਵਿੱਚ ਕਿਲਾ ਹਰੀੜਾਕਾਰ 400 ਫੁੱਟ ਉੱਚਾ ਬਣਿਆ ਹੋਇਆ ਤੇ ਦੂਜਾ ਪੁੱਤਰ ਸੀ ਗੱਬਰ ਤੇ ਅਗਲਾ ਪੁੱਤਰ ਸੀ ਬੱਬਰ ਉਹਦੋਂ ਅਗਲਾ ਪੁੱਤਰ ਤੰਦੂਰ ਉਹਦੋਂ ਅਗਲਾ ਬਰਬਰਾ ਉਹਦੋਂ ਅਗਲਾ ੍ਹੇਮ ਅਗੋਂ ਬਰਬਰਾਂ ਦੇ ਪੁੱਤਰ ਹੋਏ ਅਬਰੂ ਅਬਰ ਤੇ ਅਬਰੀਨ ਮੁਰਕੇ ਅਬਰੂ ਦਾ ਪੁੱਤਰ ਕਹਤਾਨ ਤੇ ਕਹਤਾਨ ਦੇ ਹੋਏ ਯਕਤਾਨ ਫਲਜ ਸਲਜ ਯਾ ਰਬ ਯਾ ਰਬ ਜਿਹੜਾ ਇਹ ਹਿਜਰਤ ਕਰਕੇ ਯਮਨ ਚਲੇ ਗਏ ਸਰ ਔਰ ਇੰਨਾ ਉਥੇ ਜਿਹੜਾ ਸਬਾ ਦਾ ਮੁਲਕ ਬਸਾਇਆ ਉਥੇ ਇਹਨਾਂ ਨੇ ਟਿੰਡੈਮ ਬਣਾਏ ਜਿਹੜੇ ਰੁੜ ਗਏ ਤੇ ਉਹ ਜੰਗਲ ਬਣ ਗਿਆ ملکہ بلکیس جدا قرآن پاک جو ذکر ہوتا ہے وہ ایسے قوم چوں سی اگوں ایک کا پتر ہویا شاہ رخ دجا نام مبا بھی سی اگوں انہ دا پتر ہویا جی نہور حضرت ایوب علیہ السلام اول جڑے ملتان دے بادشاہ بھی تے رسول بھی سن چیتے رہے کہ حضرت ایوب تین ہوئے نے حضرت ایوب علیہ السلام تین ہوئے ایک بنی اسرائیل ہوئے نے ایک, ایک ہوئے ایک اے سن اور اے جڑے سن یہاں تو جٹانی نسل چلتی ہے ਅਗੋਂ ਨਾਹੂਰ ਦੇ ਪੁੱਤਰ ਹੋਏ ਜੀ ਸ਼ੱਬਰ ਤੇ ਬਸ਼ਰ ਤੇ ਸ਼ਬੀਰ ਤੇ ਬਸ਼ੀਰ ਤੇ ਖਾਰਾਨ ਇਹ ਖਾਰਾਨ ਜਿਹੜੇ ਨੇ ਅਮਨ ਸਾਇਰਾ ਦੇ ਵਾਲਦ ਸਰ ਤੇ ਤਾਰਖ ਤੇ ਆਲਰ ਅਗੋ ਤਾਰਖ ਦੇ ਪੁੱਤਰ ਹੋਏ ਜੀ حضرت ابراہیم علیہ السلام ਤੇ ਫਾਊਰਾ ਦੇ ਨਾਹੂਰ ਤਿਹਾਰਾਨ ਹਰਾਨ ਜਿਹੜੇ ਸਨ ਹਜ਼ਰਤ ਲੂਤ ਲੈ ਸਲਾਮ ਦੇ ਵਾਲਦ ਸਾਹਿਬ ਸਨ ਅਗੋ ਇਹਨਾਂ ਵਿੱਚੋਂ ਫਾਉਰ ਦੇ ਪੁੱਤਰ ਲਕਮਾਨ حکیم ਹੋਏ ਨਾਹੂਰ ਦੇ ਪੁੱਤਰ ਐ ਲਬਾਨ ਤੇ ਨੀਟੂ ਹੀ ਹੋਏ ਤੇ ਅਗੋਂ ਲਬਾਨ ਦੀਆਂ ਦੋ ਧੀਆਂ ਰਾਹੀਲ ਤੇ ਲਈਆ ਹੋਈਆਂ ਜਿਹੜੀਆਂ ਹਜ਼ਰਤ ਯਾਕੂਬ ਲੈ ਸਲਾਮ ਦੀਆਂ ਬੀਵੀਆਂ ਸਨ ਮੁਰਕੇ ਹਜ਼ਰਤ ਇਬਰਾਹਿਮ ਲੈ ਸਲਾਮ ਉਹਨੀਆਂ ਚਾਰ ਸਵਾਨੀਆਂ ਜੋ 13 ਪੁੱਤਰ ਤੇ ਦੋ ਧੀਆਂ ਹੋਈਆਂ ਇਹਨਾਂ ਵਿੱਚੋਂ ਅੰਮਾ ਸਾਇਰਾ ਜਿਹੜੀ ਵੱਡੀ ਬੀਵੀ ਸੀ ਉਨ੍ਹਾਂ ਵਿੱਚੋਂ حضرت ਇਸਹਾਕ علیہ السلام ਜਿਨ੍ਹਾਂ ਨੂੰ ਹਿੰਦੀ ਵਿੱਚ ਅੰਗਰਸੀ ਭਗਵਾਨ ਆਖਿਆ ਗਿਆ ਅਮਾ ਹਾਜਰਾ ਵਿੱਚੋਂ حضرت ਇਸਮਾਈਲ علیہ السلام ਇਹਨਾਂ ਨੂੰ ਅਥਰੂ ਭਗਵਾਨ ਆਖਿਆ ਗਿਆ ਤੇ ਤੀਜੀ ਸਵਾਰੀ ਅਮਾ ਕਤੂਰਾ ਵਿੱਚੋਂ 6 ਪੁੱਤਰ ਤੇ ਇੱਕ ਧੀ ਲਾਲੀਬਾਈ ਹੋਈ ਚੌਥੀ ਬੀਵੀ ਅਮਾ ਹਾਜੀਆਂ ਵਿੱਚੋਂ 5 ਪੁੱਤਰ ਤੇ ਇੱਕ ਧੀ ਲਬੂਦਾ ਬਾਈ ਹੋਈ ਅੱਗੋਂ حضرت ਇਸਮਾਈਲ علیہ السلام ਉਹਨਾਂ ਦੀਆਂ ਤਿੰਨ ਸਵਾਰੀਆਂ ਵਿੱਚੋਂ 12 ਪੁੱਤਰ ਤੇ ਇੱਕ ਧੀ ਬਿਸਮਾ ਹੋਈ ਲੇਕਿਨ ਬੀਬੀਆਂ ਨਾ ਬੀਬੀਆਂ ਨਾ ਨਹੀਂ ਤੇ ਨਹੀਂ ਸਨ ਲੇਕਿਨ ਔਲਾਦ ਇਹਨਾਂ ਚੋਂ ਇੱਕ ਚੋ ਹੀ ਹੋਈ ਹੈ ਜਦ ਇਸਮਾਇਲ ਅਸਲਾਮ ਉਹਨਾਂ ਦੀ ਬੀਵੀ ਦਾ ਨਾਮ ਸੀ ਮਜ਼ਾਗ ਉਹਦੇ ਵਿੱਚੋਂ 12 ਪੁੱਤਰ ਤੇ ਇੱਕ ਧੀ ਬਿਸਮਾ ਹੋਈ ਜਿਹੜੀ حضرت ਇਸਾਕ ਅਲੈ ਸਲਾਮ ਉਹਨਾਂ ਦੇ ਪੁੱਤਰ ਐਸੂ ਨਾਲ ਵਿਆਹੀ ਗਈ ਔਰ ਉਹਨਾਂ ਦੇ ਵਿੱਚੋਂ ਉਸ ਬੀਬੀ ਜੋ ਰੋਮ ਪੈਦਾ ਹੋਇਆ ਜਿਹੜਾ ਸਲਾਤ ਸਲਾਤੀ ਨੇ ਰੋਮ ਸਾਰੇ ਜਿਹੜੇ ਨੇ ਇਹ ਉਸੇ ਦੀ ਨਸਲ ਚੋਂ ਹੋਏ ਨੇ ਇਸਮਾਇਲ ਅਲੈ ਸਲਾਮ ਦੇ ਮਸ਼ਹੂਰ ਪੁੱਤਰ ਇਹ ਸਣ ਕਿ ਨਿਆਬੂਤ ਮਿਸ਼ਾ ਕੀਦਾਰ ਉਮੇਲ ਤੇ ਪਮੇਲ ਨਿਆਬੂ ਜਿਹੜਾ ਸੀ ਇਹਦੀ ਨਸਲ ਉਹ ਜੱਟਾਂ ਦਾ ਜਿਹੜਾ ਖਿਜਰਾ ਚੱਲਦਾ ਹੈ ਹਿੰਦੁਸਤਾਨ ਦੇ ਵਿੱਚ ਸਾਰਾ ਜੱਟ ਦੇਸ਼ ਤੇ ਉਹ ਆ ਗਏ ਤੇ ਮਿਸ਼ਾ ਨੇ ਮੁਕਾਬਾਦ ਕੀਤਾ ਸੀ ਤੇ ਕੀਦਾਰ ਜਿਹੜੇ ਨਬੀ ਪਾਕ ਦੇ ਜਦੇਮ ਜਸਰ ਤੇ ਉਮੇਲ ਤੇ ਪਮੇਲ ਜਿਹੜੇ ਸਨ ਉਹਨਾਂ ਦੀ ਨਸਲ ਜਿਹੜੀ ਹੈ ਸਹਾਬੇ ਰਸ ਸਦਾਈ ਸੀ ਅਗੂ ਨਿਆਬੂ ਦੇ ਪੁੱਤਰ ਉਤਰੀ ਅਰਚਿਵਿਓ ਦਾ ਨਾਮ ਸੀ ਇਹ ਖਾਨਦਾਨ ਪਰਤਕੇ ਅਰਬਾਂ ਦੇ ਵਿੱਚੋਂ ਫਿਰ ਸਿੰਧ ਵਿਲਾਇਤ ਜੱਟ ਦੇਸ਼ ਦੇ ਵਿੱਚ ਪਰਤਿਆ ਅੱਗੋਂ ਉਤਰੀ ਦੇ ਪੁੱਤਰ ਹੋਏ ਜੀ ਵਰੂਨ ਨਰੀ ਤੇ ਚੰਦਰਮਾਨ ਇਹ ਤਿੰਨ ਪੁੱਤਰ ਸਨ ਵਰੂਨ ਦੀ ਨਸਲੋਂ ਹੋਇਆ ਜਮਗਦਨੀ ਤੇ ਪਰਸਨਾਮ ਜਿਹੜਾ ਹਿੰਦੂ ਹਿੰਦੂਆਂ ਦਾ 6ਵਾਂ ਅਵਤਾਰ ਸੀ ਤੇ ਨਰੀ ਜਿਹੜਾ ਸੀ ਉਹਦੀ ਨਸਲੋਂ ਸੂਰਜ ਹੋਇਆ ਜਿੱਥੋਂ ਸੂਰਜ ਬੰਸੀ ਜੱਟਾਂ ਦਾ ਮੁੱਢ ਵੱਜਾ ਤੇ ਚੰਦਰਮਾਨ ਦੀ ਨਸਲੋਂ ਚੰਦਰਬੰਸੀ ਜੱਟਾਂ ਦਾ ਜਿਹੜਾ ਮੁੱਢ ਵੱਜਾ ਅਗੋ ਵੇ ਨਰੀ ਦਾ ਪੁੱਤਰ ਜਿਹੜਾ ਸੂਰਜ ਹੈ ਸੂਰਜ ਤੋਂ ਸੂਰਜ ਦੀ ਨਿਸ਼ਬਤ ਨਾਲ ਇਹਨਾਂ ਨੂੰ ਸੂਰਜਵੰਸੀ ਆਖਿਆ ਜਾਂਦਾ ਤੇ ਅਗੋ ਉਹਦਾ ਪੁੱਤਰ ਸੀ ਕਸ਼ੇਪ ਤੇ ਕਸ਼ੇਪ ਦਾ ਕਿਰਨ ਸੀ ਕਿਰਨ ਦਾ ਫੇਰ ਪੁੱਤਰ ਕਸ਼ੇਪ ਸੀ ਤੇ ਕਸ਼ੇਪ ਦਾ ਪੁੱਤਰ ਹੋਇਆ ਦਿਓਲ ਦਿਓਲ ਦੇ ਦੋ ਪੁੱਤਰ ਹੋਏ ਜੀ ਮੰਨੂ ਤੇ ਵੱਛਾ ਮੰਨੂ ਦੀ ਨਸਲੋਂ ਹੋਏ ਰਾਮਚੰਦਰ ਜੀ ਮਹਾਰਾਜ ਤੇ ਵੱਛਾ ਜਿਹੜਾ ਇਹ ਪਹਿਲਾ ਸੂਰਜਮੰਸੀ ਜੱਟ ਮਹਾਰਾਜਾ ਸੀ ਅਗੋਂ ਵੱਛਾ ਦਾ ਪੁੱਤਰ ਹੋਇਆ ਕਛਵਾ ਤੇ ਕਛਵਾ ਦਾ ਪੁੱਤਰ ਹੋਇਆ ਬੁੱਧ ਤੇ ਬੁੱਧ ਦਾ ਪੁੱਤਰ ਹੋਇਆ ਸ਼ਿਸ਼ਪਾਲ ਸ਼ਿਸ਼ਪਾਲ ਦਾ ਪੁੱਤਰ ਹਮਸਾ ਚਾਲਕ ਹੋਇਆ ਤੇ ਹਮਸਾ ਚਾਲਕ ਦਾ ਇਹਦਾ ਸਤਗੁਰ ਚਾਲਕ ਵੀ ਨਾਂ ਸੀ ਤੇ ਅਗੋਂ ਉਹਦਾ ਪੁੱਤਰ ਹੋਇਆ ਆਦੂ ਚਾਲਕ ਤੇ ਆਦੂ ਚਾਲਕ ਦਾ ਹੋਇਆ ਨਿਰਮਲ ਚਾਲਕ ਨਿਰਮਲ ਚਾਲਕ ਦਾ ਨਰਾਸ਼ਨਸ ਚਾਲਕ ਤੇ ਨਰਾਸ਼ਨਸ ਚਾਲਕ ਦਾ ਮਹਿੰਦਰ ਚਾਲਕ ਤੇ ਮਹਿੰਦਰ ਚਾਲਕ ਦਾ ਹੋਇਆ ਜੀ ਮਾਸ ਚਾਲਕ ਤੇ ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ ਤੇ ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ ਤੇ ਅਗੋਂ ਉਸ ਦਾ ਅੰਮ੍ਰਿਤ ਚਾਲਕ ਤੇ ਅਗੋਂ ਉਸ ਦਾ ਪੁੱਤਰ ਗਿਆਨ ਚਾਲਕ ਤੇ ਉਹਦਾ ਪੁੱਤਰ ਹੋਇਆ ਅਮਰ ਮੱਲ ਅਗੋਂ ਉਹਦਾ ਪੁੱਤਰ ਹੋਇਆ ਗੁਲਾਬ ਚਾਲਕ ਤੇ ਅਗੋਂ ਦਾ ਪੁੱਤਰ ਹੋਇਆ ਅਸ਼ਮਤ ਚਾਲਕ ਤੇ ਅਸ਼ਮਤ ਚਾਲਕ ਦਾ ਪੁੱਤਰ ਹੋਇਆ ਭੂਰਾ ਚਾਲਕ ਤੇ ਭੂਰਾ ਚਾਲਕ ਦਾ ਪੁੱਤਰ ਹੋਇਆ ਜ਼ਬਰ ਮੱਲ ਜ਼ਬਰ ਮੱਲ ਦਾ ਪੁੱਤਰ ਅਮਸਰ ਰਾਜ ਹੋਇਆ ਤੇ ਅਮਸਰ ਰਾਜ ਦਾ ਪੁੱਤਰ ਭੋਜ ਰਾਜ ਤੇ ਪੋ ਜਰਾ ਇਦਾ ਪੁੱਤਰ ਸੂਰਜਮੁਖੀ ਰਾਜੇ ਤੇ ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ ਤੇ ਕਿਰਨ ਰਾਜ ਦਾ ਪੁੱਤਰ ਚੰਦਰਸੀਨ ਤੇ ਚੰਦਰਸੀਨ ਦਾ ਪੁੱਤਰ ਗਵਾ ਸਿੰਘ ਸੀਨ ਤੇ ਉਹਦਾ ਪੁੱਤਰ ਗਵਾ ਸਿੰਘ ਸੀਨ ਤੇ ਅਗੋਂ ਉਹਦਾ ਪੁੱਤਰ ਬਾਲਦਾ ਸਿੰਘ ਸੀਨ ਤੇ ਬਾਲਦਾ ਸਿੰਘ ਦਾ ਪੁੱਤਰ ਦੂਦੇਸ਼ੀ ਰਾਜ ਤੇ ਅਗੋਂ ਉਹਦਾ ਪੁੱਤਰ ਸੂਦੇਸ਼ੀ ਰਾਜ ਤੇ ਸੂਦੇਸ਼ੀ ਰਾਜ ਦਾ ਪੁੱਤਰ ਹਮਸਾ ਸੀਨ ਤੇ ਆਮਸਾ ਸੀਨ ਦਾ ਪੁੱਤਰ ਮੂਲਰਾਜ ਅਗੋਂ ਮੂਲਰਾਜ ਦੇ ਪੁੱਤਰ ਹੋਏ ਜੀ ਚਾਲਕ ਰਾਜ ਰਾਜ ਚੁਨੀਰ ਰਾਉਨੀਰ ਰਾ ਪੁਨੀਰ ਰਾ ਸੁਨੀਰ ਰਾਉਨੀਰ ਰੋਨੀਰ ਰਾ ਪੰਦਵਾਰ ਰਾ ਪਾਟਿਆ ਰਾ ਗੁਰਜਰ ਰਾਜ ਲੋਕ ਸੁਲੰਗੀ ਤੇ ਰਾਏ ਪਰਮਾਰ ਤੇ ਰਾਏ ਪ੍ਰਿਹਾਰ ਯਾਨੀ ਪਢਿਆਰ ਤੇ ਚਾਹੂਮਾਨ ਚੋਹਾਨ ਤੇ ਤੀਆਂ ਯਾ ਮੋਮਲ ਦੇਵੀ ਸੁਖੜ ਦੇਵੀ ਛਪੜ ਦੇਵੀ ਤੇ ਸਰਲ ਦੇਵੀ ਅਗੋਂ ਚਾਲ ਘਰਾ ਦੇ ਪੁੱਤਰ ਹੋਏ ਜੀ ਰਾਸ ਸੋਤਰਿਕ ਯਾਨੀ ਜਿਹੜਾ ਸ਼ਸਤਰ ਕਜ਼ੀਮ ਜੱਟ ਸੀ ਜਿਹਨੇ ਯੂਨੀਵਰਸਿਟੀ ਬਣਾਈ ਤੇ ਦੂਜੇ ਦਾ ਨਾਂ ਸੀ ਰਾਸ ਨਿਆਲੀ ਤੇ ਰਾਸ ਸੰਗਲੀ ਤੇ ਰਾ ਅਡਾਣਾ ਤੇ ਤੀਆਂ ਹੋਈਆਂ ਪਦਮਣੀ ਬਾਈ ਤੇ ਸੁందਰੀ ਬਾਈ ਅਗੋਂ ਰਾਏ ਸੋਤਰਿਕ ਦੇ ਪੁੱਤਰ ਹੋਏ ਜੀ ਸਰੋਇਆ ਰਾਜ ਤੇ ਮੰਬਾ ਰਾਜ ਤੇ ਪੁੰਸ਼ੀ ਆ ਪੰਚਨੀ ਰਾਜ ਤੇ ਸਾਇਰੋ ਰਾਜ ਦੇ ਬਪਾਇਆ ਰਾਜ ਦੇ ਬਪਾਏ ਦਾ ਦੂਜਾ ਨਾਂ ਬੂਪਨਾਂ ਵੀ ਸੀ ਬੂਪਾ ਵੀ ਸੀ ਵੱਡੋ ਹਲ ਵੀ ਸੀ ਇਹ ਸਾਡਾ ਬਾਦਵੀਆ ਦਾ ਵਟਕਾ ਸੀ ਤੇ ਧੀਆ ਹੋਈਆਂ ਸੋਸ਼ਲ ਦੇਵੀ ਤੇ ਸਰਦਨ ਦੇਵੀ ਅੱਗੋਂ ਪਛਲੀ ਰਾਜ ਦੇ ਘਰ ਪੁੱਤਰ ਹੋਏ ਬੂਹਰ ਬੂੜ ਅਬੜਾ ਰਾੜ ਛੱਛਰ ਟਾਂਵਰੀ ਮਾਂਜੂ ਇਹਨਾਂ ਦੀ ਮਾਂ ਦਾ ਨਾਂ ਸੁੰਬਲ ਸੁੰਬਲ ਸੀ ਤੇ ਅੱਗੋਂ ਫਿਰ ਅਬੜਾ ਦੇ ਘਰ ਪੁੱਤਰ ਹੋਏ ਜੀ ਮੰਗਰ ਜੀ ਦੇ ਤੋਂ ਵੰਗਰਾਨੀ ਕਬੀਲਾ ਤਾਜਾ ਜੀ ਦੇ ਤੋਂ ਤਾਜਾਨੀ ਕਬੀਲਾ ਤੇ ਦਿਆ ਜਿਹਦੇ ਤੋਂ ਦਿਆਣੀ ਜਖਰਾਣੀ ਕਬੀਲਾ ਕਮਾਰੀਆ ਮਗਸੀ ਕਬੀਲਾ ਚਖੜਾ ਤੇ ਆਗ ਅਗਾਣੀ ਕਬੀਲਾ ਸਾਗਾ ਸਖਾਣੀ ਕਬੀਲਾ ਵਧੂ ਵਧਾਣੀ ਕਬੀਲਾ ਪੇਚਵਾ ਪੇਚ ਉਹ ਪੇਚਵਾ ਡਾਂਵਰ ਸਮਤ ਦੂਆ ਤੇ ਦਵਾ ਤੇ ਕਾਕਾ ਕਾਕਾ ਪੋਤਾ ਇਹਦੀ نسل ਜਿਹੜੀ ਉਹ ਸਦਾਂਦੀ ਏ ਮਹੋਟਾ ਗਾਜਾ ਡੰਗਰ ਬੰਗਰ ਦੰਮੜ ਕਾਕਾ ਗਾਦ ਵਰਝੂਂਡ ਮੇਖਾ ਖਖਰ ਤੇ ਚੁੰਨੀਆਂ ਤੇ ਕਰੇਟਾ ਤਿਉਣਾ ਤੇ ਅਬੜੰਨ ਤੇ ਅਬੜੰਗ ਤੇਜੇਹਾ ਇਹ ਸਾਰੇ ਜਿਹੜੇ ਨੇ ਇਹ ਅਗੋਂ ਇਹਦੇ ਮਤਲਬ ਨਸਲ ਹੋਈ ਅਬੜਾ ਦੀ ਤੋ ਪਿਆਰਿਓ ਇਹ ਸੀ ਅਬੜਾ ਜਾਂ ਅਬੜੋ ਜੱਟ ਕਬੀਲੇ ਦਾ ਅਹਵਾਲ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਇਹਦੇ ਨਾਲ ਹੀ ਇਹਸਾਨ ਬਾਜਵਾ ਨੂੰ ਇਜਾਜ਼ਤ ਦਿਓ ਆ ਬਾਬਾ ਬਾਜਵਾ ਚੈਨਲ ਤੋਂ ਤੁਹਾਡੇ ਨਾਲ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ